ਵੈਲਕਮ ਦੋਸਤੋ, ਤੁਸੀਂ ਦੇਖ ਰਹੇ ਹੋ ਅਨਮੋਲ ਪੰਜਾਬ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਫੈਸਲ ਜੋਈਆ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਬੈੱਲ ਆਈਕੋਨ ਨੂੰ ਦਬਾਓ ਤਾਂ ਕਿ ਸਾਡੀ ਹਰ ਆਉਣ ਵਾਲੀ ਨਈ ਵੀਡੀਓ ਤੁਹਾਡੇ ਤੱਕ ਬਾਸਾਨੀ ਪਹੁੰਚ ਸਕੇ। ਦੋਸਤੋ, ਅੱਜ ਅਸੀਂ ਇੱਕ ਮੱਝ ਸੇਲ ਕੀਤੀ ਹੈ, ਦੂਜਣ ਮੱਝ ਹੈ ਸਾਡੇ ਬਾਈ ਨੇ ਇਮਰਾਨ ਅਰਸ਼ਦ ਸਾਹਿਬ, ਉਹਨਾਂ ਨੇ ਮੱਝ ਖਰੀਦੀ ਹੈ ਆਪ ਅਤੇ ਉਹ ਖੁਦ ਬਾਹਰ ਨੇ, ਇਹ ਨਹੀਂ ਮੈਨੂੰ ਕਨਫਰਮ ਪਤਾ ਕਿ ਕਿਸ ਮੁਲਕ 'ਚ ਨੇ, ਠੀਕ ਹੈ। ਉਹਨਾਂ ਨੇ ਮੱਝ ਖਰੀਦੀ ਹੈ, 7 ਮੁਹਰਮ ਨੂੰ ਉਹਨਾਂ ਨੇ ਬਿਆਨਾ ਭੇਜਿਆ ਸੀ ਸਾਡੇ ਮੋਬਾਈਲ ਅਕਾਊਂਟ 'ਚ। ਉਸ ਤੋਂ ਬਾਅਦ ਮੁਹਰਮਾਂ ਦੀਆਂ ਛੁੱਟੀਆਂ ਆ ਗਈਆਂ ਮੁਹਰਮਾਂ ਤੋਂ ਬਾਅਦ, ਅੱਜ ਜਨਾਬ 11 ਮੁਹਰਮ ਹੈ, ਅੱਜ ਬੈਂਕ ਖੁੱਲ੍ਹੇ ਨੇ, ਉਹਨਾਂ ਨੇ ਸੁਬਹ ਪੈਸੇ ਭੇਜੇ ਗਏ ਨੇ, ਪੈਸੇ ਮਾਲਕ ਨੂੰ ਦੇ ਕੇ ਮੱਝ ਲੋਡ ਕਰਵਾਤੀ ਹੈ। ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਮੱਝ ਤੁਹਾਨੂੰ ਦਿਖਾਉਣ, ਇਮਰਾਨ ਅਰਸ਼ਦ ਸਾਹਿਬ ਖੁਦ ਵੀ ਇਹ ਕਲਿੱਪ ਦੇਖ ਲੈਣ ਕਿ ਵਾਕਿਆ ਹੀ ਜਿਹੜੀ ਮੱਝ ਉਹਨਾਂ ਨੇ ਨੈੱਟ 'ਤੇ ਦੇਖੀ ਸੀ, ਵੀਡੀਓ ਦੇਖੀ ਸੀ, ਜਿਹੜੀ ਮੱਝ ਦੀ ਹੈ ਮੱਝ ਉਹ ਹੀ ਹੈ। ਫਿਰ ਮਾਲਕ ਤੋਂ ਪੁੱਛਦੇ ਹਾਂ ਕਿ ਤੁਹਾਡੇ ਨਾਲ ਕੋਈ ਠੱਗੀ ਕੋਈ ਧੋਖਾ ਤਾਂ ਨਹੀਂ ਹੋਇਆ? ਪਹਿਲੇ ਮੱਝ ਦਿਖਾਓ ਕੈਮਰਾਮੈਨ ਸਾਹਿਬ, ਉਸ ਤੋਂ ਬਾਅਦ ਮਾਲਕ ਕੋਲੋਂ ਪੁੱਛਦੇ ਹਾਂ। ਇਮਰਾਨ ਸਾਹਿਬ, ਤੁਸੀਂ ਦੇਖ ਰਹੇ ਹੋ ਜਨਾਬ, ਜਿਹੜੀ ਮੱਝ ਤੁਸੀਂ ਦੇਖੀ ਸੀ ਹੈ ਉਹ ਹੀ ਹੈ, ਆਪਣੀ ਤਸੱਲੀ ਕਰ ਲਓ ਤੁਸੀਂ। ਇਹ ਬੱਚਾ ਪਿੱਛੇ ਕੱਟਾ ਹੈ ਜਨਾਬ, ਇਹ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ। ਮੱਝ ਬਿਲਕੁਲ ਠੀਕ ਹੈ, ਆ ਤੁਸੀਂ ਦੇਖ ਰਹੇ ਜੇ, ਠੀਕ ਹੈ ਜੀ। ਕੋਈ ਮਸਲਾ ਨਹੀਂ, ਮੱਝ ਨੂੰ ਬਿਲਕੁਲ ਠੀਕ ਸੁਣਾ ਨੇ, ਠੀਕ ਹੈ ਜੀ। ਇਮਰਾਨ ਸਾਹਿਬ, ਦੇਖਿਆ ਤੁਸੀਂ ਮੱਝ ਬਿਲਕੁਲ ਠੀਕ ਹੈ ਅਤੇ ਕੋਈ ਮਸਲਾ ਨਹੀਂ ਦਾ ਸਾਡੀ, ਅਸੀਂ ਆਪਣੀ ਪੂਰੀ ਤਸੱਲੀ ਕੀਤੀ ਹੈ, ਆਪਣੀ ਤਸੱਲੀ ਕਰਕੇ ਮੱਝ ਲੋਡ ਕਰਵਾਤੀ ਹੈ। ਮਾਲਕ ਨੂੰ ਬੁਲਾਉਂਦੇ ਹਾਂ, ਉਹਦੇ ਕੋਲ ਪੁੱਛ ਲੈਂਦੇ ਹਾਂ ਕਿ ਤੁਹਾਡੇ ਨਾਲ ਕੋਈ ਠੱਗੀ ਤਾਂ ਨਹੀਂ। ਅਸਲਾਮ ਵਾਲੇਕੁਮ ਜੀ, ਵਸੀਮ ਸਾਹਿਬ ਕੀ ਹਾਲ ਚਾਲ ਨੇ? ਠੀਕ ਹੋ ਸਰਕਾਰ? ਮੱਝ ਤੁਸੀਂ ਸੇਲ ਕੀਤੀ ਹੈ, ਤੁਸੀਂ ਪੈਸੇ ਤੁਹਾਨੂੰ ਮਿਲ ਗਏ ਨੇ? ਜੀ ਮਿਲ ਗਿਆ। ਬਿਲਕੁਲ ਆਪਣੇ ਖਰੇ ਖੋਟੇ ਕਰ ਲਿਆ ਜੇ? ਕੋਈ 2 ਨੰਬਰ ਤਾਂ ਨਹੀਂ ਸਨ ਪੈਸੇ? ਬਿਲਕੁਲ ਠੀਕ ਸਨ, ਤੁਸੀਂ ਆਪਣੇ ਪੂਰੇ ਕੀਤੇ ਨੇ, ਠੀਕ ਹੋ ਗਏ। ਲਦਾਈ ਹੈ, ਠੀਕ ਹੋ ਗਿਆ ਜੀ। ਲਓ ਜੀ ਇਮਰਾਨ ਸਾਹਿਬ, ਮੱਝ ਅਸੀਂ ਲੋਡ ਕਰਵਾਤੀ ਹੈ, ਬਿਲਕੁਲ ਠੀਕ ਹੈ, 16 ਨੇ ਮੱਝ ਹੈ, ਲੇਕਿਨ ਸਾਹਮਣੇ ਵਾਲੀ ਚੀਜ਼ ਹੈ, ਅਸੀਂ ਇਸ ਤੋਂ ਅੱਗੇ ਸਾਡੀ ਕੋਈ ਗਰੰਟੀ ਨਹੀਂ ਦੀ, ਠੀਕ ਹੈ ਜੀ। ਅਗਰ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਨੇ ਉਹਨਾਂ ਦੇ ਵਿੱਚ ਕੋਈ ਫਰਕ ਆਉਂਦਾ ਹੈ ਤਾਂ ਅਸੀਂ ਜਨਾਬ ਜ਼ਿੰਮੇਦਾਰ ਹਾਂ, ਅਤੇ ਅੱਲਾ ਦੀ ਸਪੁਰਦ ਜਨਾਬ ਮੱਝ ਲੋਡ ਕਰਵਾਤੀ ਹੈ, ਇੱਥੋਂ ਗੱਡੀ ਨਿਕਲਣ ਲੱਗੀ ਹੈ। ਮੈਂ ਆਪਣੇ ਕੈਮਰਾਮੈਨ ਕਹਾਂਗਾ ਕਿ ਇੱਕ ਦਫਾ ਗੱਡੀ ਵੀ ਵਿੱਚ ਲਿਆ ਕੇ ਦਿਖਾਉਣ, ਗੱਡੀ ਦਾ ਨੰਬਰ ਨੋਟ ਕਰਵਾਉਣ। ਲਓ ਜੀ ਇਮਰਾਨ ਭਾਈ, ਠੀਕ ਹੈ ਜੀ, ਅੱਲਾ ਦੀ ਸਪੁਰਦ, ਅੱਲਾ ਹਾਫਿਜ਼।